ਮੁਕੱਦਰਾ ਚ ਫੇਰ ਕਹਿ ਨਹੀਂ ਤੇ ਪੰਧ ਮਦੀਨੇ ਦਾ ਢੇਰ ਕਹਿ ਨਹੀਂ ਜੇ ਮੁਕੱਦਰਾ ਚ ਫੇਰ ਕਹਿ ਨਹੀਂ ਤੇ ਪੰਧ ਮਦੀਨੇ ਦਾ ਢੇਰ ਕਹਿ ਨਹੀਂ ਮੈਂ ਆਪ ਵੰਜਾ ਤੇ ਵੰਜ ਨਹੀਂ ਸਕਦਾ ਜੇ ਸੋਹਣਾ ਸੱਦੇ ਤਾਂ ਦੇਰ ਕਹਿ ਨਹੀਂ ਮੈਂ ਆਪ ਵੰਜਾ ਤੇ ਵੰਜ ਨਹੀਂ ਸਕਦਾ ਜੇ ਸੋਹਣਾ ਸੱਦੇ ਤਾਂ ਦੇਰ ਕਹਿ ਨਹੀਂ ਖੂਬਸੂਰਤ ਅੰਦਾਜ਼ ਮੇ ਹਾਜ਼ਰੀ ਪੇਸ਼ ਕਰ ਰਹੇ ਥੇ ਜਨਾਬੇ ਮੁਹੰਮਦ ਸ਼ਫੀਕ ਅਨਵਰ ਸਾਹਿਬ ਆਈਏ ਗ੍ਰਾਮੀ ਕਦਰ ਇਨ੍ਹੀਂ ਜਜ਼ਬਾਤ ਇਨ੍ਹੀਂ ਕੈਫੀਅਤ ਕੇ ਸਾਥ ਅਗਲੇ ਐਲਾਨ ਕੀ ਜਾਨੀ ਪੜ ਰਹਾ ਹੂੰ ਮਿਲ ਕੇ ਇੱਕ ਮਰਤਬਾ ਮੁਹੱਬਤ ਕੇ ਸਾਥ ਕਹੀਏ ਸੁਭਾਨ ਅੱਲਾਹ ਆਖਿਰ ਤੱਕ ਬੁਲੰਦ ਆਵਾਜ਼ ਕੇ ਸਾਥ ਪਿੱਛੇ ਸੇ ਇੱਕ ਹੱਥ ਉਠਾ ਹੁਆ ਨਜ਼ਰ ਆ ਰਹਾ ਹੈ ਸਭੀ ਉਸਕੇ ਸਾਥ ਮਿਲ ਜਾਏ ਹੱਥ ਉਠਾ ਕੇ ਕਹੀਏ ਸੁਭਾਨ ਅੱਲਾਹ ਕਿ ਬਨ ਗਈ ਬਾਤ ਉਨਕਾ ਕਰਮ ਹੋ ਗਿਆ ਬਨ ਗਈ ਬਾਤ ਉਨਕਾ ਕਰਮ ਹੋ ਗਿਆ ਸ਼ਾਖੇ ਨਖਲੇ ਤਮੰਨਾ ਹਰੀ ਹੋ ਗਈ ਬਨ ਗਈ ਬਾਤ ਉਨਕਾ ਕਰਮ ਹੋ ਗਿਆ ਸ਼ਾਖੇ ਨਖਲੇ ਤਮੰਨਾ ਹਰੀ ਹੋ ਗਈ ਸ਼ਫੀਕ ਅਨਵਰ ਭਾਈ ਬਨ ਗਈ ਬਾਤ ਉਨਕਾ ਕਰਮ ਹੋ ਗਿਆ ਸ਼ਾਖੇ ਨਖਲੇ ਤਮੰਨਾ ਹਰੀ ਹੋ ਗਈ ਮੇਰੇ ਲੱਭੇ ਮਦੀਨੇ ਕਾ ਨਾਮ ਆ ਗਿਆ ਬੈਠੇ ਬੈਠੇ ਮੇਰੀ ਹਾਜ਼ਰੀ ਹੋ ਗਈ ਮੇਰੇ ਲੱਭੇ ਮਦੀਨੇ ਕਾ ਨਾਮ ਆ ਗਿਆ ਬੈਠੇ ਬੈਠੇ ਮੇਰੀ ਹਾਜ਼ਰੀ ਹੋ ਗਈ ਮੁਝ ਪੇ ਕਿਤਨਾ ਨਿਆਜ਼ੀ ਕਰਮ ਹੋ ਗਿਆ ਦੁਨੀਆ ਕਹਿਣੇ ਲਗੀ ਪੰਜ ਤਨ ਕਾ ਗਦਾ ਮੁਝ ਪੇ ਕਿਤਨਾ ਨਿਆਜ਼ੀ ਕਰਮ ਹੋ ਗਿਆ ਦੁਨੀਆ ਕਹਿਣੇ ਲਗੀ ਪੰਜ ਤਨ ਕਾ ਗਦਾ ਕਿ ਇਸ ਘਰਾਨੇ ਕਾ ਜਬ ਸੇ ਮੈਂ ਨੌਕਰ ਹੁਆ ਉਹ ਸਭ ਸੇ ਅੱਛੀ ਮੇਰੀ ਨੌਕਰੀ ਹੋ ਗਈ ਇਸ ਘਰਾਨੇ ਕਾ ਜਬ ਸੇ ਮੈਂ ਨੌਕਰ ਹੁਆ ਸਭ ਸੇ ਅੱਛੀ ਮੇਰੀ ਨੌਕਰੀ ਹੋ ਗਈ ਇਲਤਮਾਸ ਗੁਜ਼ਾਰ ਹੂੰ ਜਨਾਬੇ ਮੋਹਤਰਮ ਮੁਹੰਮਦ ਅਰਸ਼ਦ ਅਲੀ ਅਤਾਰੀ ਸਾਹਿਬ ਸੇ ਤਸ਼ਰੀਫ ਲਾਏ ਔਰ ਹਜ਼ੂਰ ਕੀ ਬਾਰਗਾਹ ਮੇਂ ਆਪਣੀ ਹਾਜ਼ਰੀ ਕੋ ਯਕੀਨੀ ਬਣਾਏ।